ਦਿੱਲੀ ਵਿੱਚ ਸਿੱਖ ਨੌਜਵਾਨ ਅਤੇ ਉਸਦੇ ਬੇਟੇ ਦੀ ਸ਼ਰ੍ਹਾ ਮਾਰ ਕੁਟਾਈ ਦਾ SCPC ਨੇ ਕੜਾ ਸੰਗਿਆਨ ਲਿੱਤਾ। SCPC ਮੈਨੇਜਰ ਜਸਵਿੰਦਰ ਸਿੰਘ ਦੇ ਮੁਤਾਬਕ ਅਜਿਹੀਆਂ ਹਰਕਤਾਂ ਕਰਕੇ ਸਿੱਖਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਅਜਿਹੇ ਮਾਮਲਿਆਂ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਆਰੋਪੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਦੂਸਰੀ ਤਰਫ ਯੂਨਾਈਟਡ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਮੋਹਕਮ ਸਿੰਘ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦੀ ਦਿਲਵਾਉਣ ਵਿੱਚ ਸਿੱਖਾਂ ਦਾ ਅਹਿਮ ਯੋਗਦਾਨ ਰਿਹਾ। ਇਸ ਲਈ ਅਜਿਹੀਆਂ ਹਰਕਤਾਂ ਉੱਤੇ ਲਗਾਮ ਲਗਾਈ ਜਾਵੇ ਅਤੇ ਆਰੋਪੀਆਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਵੱਲੋਂ ਬੜੀ ਨਿਰਦਰਤਾ ਨਾਲ ਕੁੱਟਿਆ ਗਿਆ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਹਾਂ, ਉਹ ਜਿਹੜਾ ਹੋਇਆ ਉਹ ਵਟਸਐਪ ਦੇ ਵਿੱਚ ਮੈਂ ਖੁਦ ਆਪ ਕੱਲ੍ਹ ਤੋਂ ਦੇਖ ਰਿਹਾ। ਮੇਰਾ ਮਨ ਵੀ ਬਹੁਤ ਪਰੇਸ਼ਾਨ ਹੈ ਔਰ ਇਹੀ ਇਕੱਲੀ ਘਟਨਾ ਨਹੀਂ ਹੈਗੀ, ਵਟਸਐਪ 'ਤੇ ਆਏ ਦਿਨ ਹਰ ਚੌਥੇ ਪੰਜਵੇਂ ਛੇਵੇਂ ਦਿਨ ਇਹੋ ਜਿਹੀਆਂ ਘਟਨਾਵਾਂ ਦੇਖੀਆਂ ਜਾ ਸਕਦੀਆਂ ਨੇ ਔਰ ਇਹ ਬਹੁਤ ਘਿਣਾਉਣੀਆਂ ਘਟਨਾਵਾਂ ਨੇ। ਮੈਂ ਸਮਝਦਾ ਵੀ ਇਹ ਹਿੰਦੁਸਤਾਨ ਦੀ ਸਰਕਾਰ ਸਿੱਖਾਂ ਨੂੰ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਕੇ ਉਹਨਾਂ ਨੂੰ ਉਕਸਾਉਣਾ ਚਾਹੁੰਦੀ ਹੈ ਔਰ ਬੜੇ ਜਿਹੜਾ ਸਭ ਤੋਂ ਦੇਖਣ ਦੇ ਵਿੱਚ ਉਹ ਘਟਨਾ ਆਈ ਆ ਵੀ ਇੱਕ ਚਾਰ ਸਵੇਰੇ ਉਸ ਦੇ ਪੁਲਿਸ ਖਲੋਤੀ ਹੋਈ ਆ ਔਰ ਉਹਨੂੰ ਇੱਕ ਬੰਦੇ ਨੂੰ ਹਿੰਦੂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਕਰਕੇ ਉਹ ਜਿਹੜਾ ਹਿੰਦੂ ਮੈਨੂੰ ਪਤਾ ਨਹੀਂ ਉਹਦਾ ਨਾਮ ਨਸਰ ਹੋਣਾ ਚਾਹੀਦਾ ਉਹਦੇ ਸਿੱਖ ਦੇ ਉੱਪਰ ਬੈਠ ਕਰਕੇ ਉਹਨੂੰ ਕੁੱਟ ਰਿਹਾ ਔਰ ਮੈਂ ਸਮਝਦਾ ਵੀ ਸਾਡੇ ਜਿਹੜੇ ਦਿੱਲੀ ਦੇ ਵੀ ਲੀਡਰ ਨੇ ਜਾਂ ਦਿੱਲੀ ਦੀ ਜਿਹੜੀ ਵੀ ਸਰਕਾਰ ਆ ਉਹ ਇਹਨੂੰ ਕਰੜੇ ਹੱਥੀਂ ਇਹਨੂੰ ਨੱਥ ਪਾਉਣੀ ਚਾਹੀਦੀ ਆ। ਜਿਹੜੇ ਉੱਥੇ ਪੁਲਿਸ ਸਨ ਜਾਂ ਜਿਹੜਾ ਪ੍ਰਾਈਵੇਟ ਵੀ ਬੰਦਾ ਸੀ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਇਹੋ ਜਿਹੀਆਂ ਘਟਨਾਵਾਂ ਨੂੰ ਹਿੰਦੁਸਤਾਨ ਦਾ ਜਿਹੜਾ ਅਮਨ ਮਾਨ ਉਹਨੂੰ ਰੱਖ ਕਰਕੇ ਇਹੋ ਜਿਹੀਆਂ ਸਾਰੀਆਂ ਘਟਨਾਵਾਂ ਨੂੰ ਕੇਂਦਰ ਸਰਕਾਰ ਦਿੱਲੀ ਸਰਕਾਰ ਜਾਂ ਜਿਹੜੀਆਂ ਸਟੇਟ ਦੀਆਂ ਸਰਕਾਰਾਂ ਉਹਨਾਂ ਨੂੰ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਤਾਂ ਕਿ ਜਿਹੜਾ ਬਹੁਤ ਵੱਡੀਆਂ ਕੀਮਤਾਂ ਦੇ ਨਾਲ ਇਹ ਜਿਹੜਾ ਅਮਨ ਮਾਨ ਸਥਾਪਿਤ ਹੋਇਆ ਇਸ ਦਾ ਵਾਸਤੇ ਸਥਾਪਿਤ ਰਹੇ, ਇਹੋ ਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ। ਭਾਈ ਮੋਹਕਮ ਸਿੰਘ, ਪ੍ਰਧਾਨ ਯੂਨਾਈਟਡ ਅਕਾਲੀ ਦਲ ਅੰਮ੍ਰਿਤਸਰ। ਇਹ ਜਿਹੜਾ ਇੱਕ ਸਿੱਖ ਅਤੇ ਉਹਦੇ ਬੇਟੇ 'ਤੇ ਹਮਲਾ ਹੋਇਆ ਦਿੱਲੀ ਦੇ ਵਿੱਚ, ਇਹਦੇ 'ਤੇ ਤੁਹਾਡਾ ਕੀ ਕਹਿਣਾ ਜੀ? ਇਹਦੇ ਬਾਰੇ ਤਾਂ ਇਹ ਇੰਨੀ ਦੁਖਦਾਈ ਗੱਲ ਹੈ ਕਿ ਇੱਕ ਸਿੱਖ ਕੌਮ ਜਿਹੜੀ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਔਰ ਦੇਸ਼ ਦੀ ਸੁਰੱਖਿਆ ਵਾਸਤੇ ਬਾਰਡਰਾਂ 'ਤੇ ਅਤੇ ਹੋਰ ਜਗ੍ਹਾ 'ਤੇ ਇੰਨੀਆਂ ਕੁਰਬਾਨੀਆਂ ਕਰਦੀ ਆ ਹਰ ਪੱਖੋਂ, ਚਾਹੇ ਉਹ ਕਿਸਾਨੀ ਦਾ ਪੱਖ ਹੈ, ਲੋਕਾਂ ਦਾ ਢਿੱਡ ਭਰਨ ਦੀ ਗੱਲ ਹੈ, ਚਾਹੇ ਵਪਾਰਕ ਪੱਖ ਹੈ, ਚਾਹੇ ਦੇਸ਼ ਦੀ ਸਰਹੱਦਾਂ ਦੀ ਰਾਖੀ ਦੀ ਗੱਲ ਹੈ, ਉਹਨਾਂ ਦੀ ਇਸ ਤਰ੍ਹਾਂ ਇਸ ਦੇਸ਼ ਵਿੱਚ ਔਰ ਇਸ ਦੇਸ਼ ਦੀ ਰਾਜਧਾਨੀ ਦੇ ਵਿੱਚ ਮੋਦੀ ਦੀ ਨੱਕ ਹੇਠ ਇਸ ਤਰ੍ਹਾਂ ਹੋਵੇ, ਇਹ ਬਹੁਤ ਜ਼ਿਆਦਾ ਦੁਖਦਾਈ ਹੈ। ਇੱਕ ਗੱਲ ਇਹ ਹੈ ਕਿ ਇਹਦੇ 'ਚ ਪੁਲਿਸ ਵੀ ਸ਼ਾਮਿਲ ਹੈ ਅਤੇ ਸਿਵਲ ਬੰਦਾ ਵੀ ਸ਼ਾਮਿਲ ਹੈ ਔਰ ਉੱਥੇ ਪੁਲਿਸ ਦੀ ਅਤੇ ਇੱਕ ਬਹੁਗਿਣਤੀ ਨਾਲ ਸੰਬੰਧਿਤ ਵਿਅਕਤੀ ਦੀ ਜਿਸ ਤਰ੍ਹਾਂ ਦੀ ਸ਼ਮੂਲੀਅਤ ਅਤੇ ਘੱਟ ਗਿਣਤੀਆਂ ਪ੍ਰਤੀ ਜਿਸ ਤਰ੍ਹਾਂ ਦਾ ਪੁਲਿਸ ਦਾ ਅਤੇ ਉਹਦਾ ਰਵੱਈਆ ਹੈ ਉਹ ਦੇਖ ਕੇ ਇੰਨਾ ਦੁੱਖ ਲੱਗਾ ਕਿ ਉਸਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਮੈਂ ਚਾਹਾਂਗਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਪਹਿਚਾਣੇ ਔਰ ਉਹ ਥਾਣੇ ਦੇ ਜਿੰਨੇ ਵੀ ਬੰਦੇ ਔਰ ਉਹ ਦਿਸ ਰਹੇ ਨੇ ਉਹਨਾਂ ਸਾਰਿਆਂ ਨੂੰ ਫੌਰੀ ਤੌਰ 'ਤੇ ਪੁਲਿਸ ਦੇ ਵਿੱਚੋਂ ਖਾਰਜ ਕੀਤਾ ਜਾਵੇ ਅਤੇ ਉਹਨਾਂ ਨੂੰ ਘਰ ਵਿੱਚ ਭੇਜਿਆ ਜਾਵੇ ਵਾਪਸ ਅਤੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਹੈ ਕਾਨੂੰਨ ਮੁਤਾਬਕ ਦਿੱਤੀ ਜਾਵੇ। ਇਹ ਨਹੀਂ ਗਾ ਵੀ ਆਏ ਥਾਣੇ 'ਚੋਂ ਬਦਲ ਕੇ ਉਸ 'ਚ ਭੇਜਤਾ, ਉੱਥੇ ਜਾ ਕੇ ਕਿਸੇ ਹੋਰ ਸਿੱਖਾਂ ਦੀ ਕੁੱਟ ਕਰਨ, ਉੱਥੋਂ ਬਦਲਦਾ ਹੋਰ ਇਹਨੇ ਕਰ ਦੇਣ, ਇੱਥੇ ਹੋਰ ਆ ਜਾਣ, ਤਾਂ ਕਿ ਇਹਨਾਂ ਨੂੰ ਪੁਲਿਸ 'ਚੋਂ ਖਾਰਜ ਕੀਤਾ ਜਾਵੇ ਤਾਂ ਅਤੇ ਪੁਲਿਸ ਅੱਗੇ ਤੋਂ ਕੋਈ ਹੋਰ ਜਿਹੜਾ ਇਸ ਤੋਂ ਸਿੱਖਿਆ ਲੈ ਕੇ ਇਹੋ ਜਿਹੀ ਗਲਤੀ ਨਾ ਕਰੇ। ਇਹੀ ਇੱਕ ਰਸਤਾ ਔਰ ਸਰਕਾਰ ਨੂੰ ਇਹ ਗੱਲ ਜਿਹੜੀ ਹੈ ਇਹ ਕਰਨੀ ਚਾਹੀਦੀ ਹੈ ਔਰ ਦਿੱਲੀ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਉਹ ਸਰਸਾ ਸਾਹਿਬ ਨੇ, GK ਸਾਹਿਬ ਨੇ ਜਾਂ ਪਰਮਜੀਤ ਸਿੰਘ ਸਰਨਾ ਜਾਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉੱਥੋਂ ਦੀਆਂ, ਉਹਨਾਂ ਨੂੰ ਇਸ ਮਸਲੇ ਉੱਤੇ ਡਟ ਕੇ ਖੜ੍ਹਨਾ ਚਾਹੀਦਾ। ਕਿਸੇ ਕਿਸਮ ਦਾ
ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਅੱਜ ਉਸਦੀ ਇੱਜ਼ਤ ਨੂੰ, ਪੱਗ ਨੂੰ ਅਤੇ ਉਹਦੇ ਨਾਲ ਬੁਰਾ ਵਿਹਾਰ ਕੀਤਾ, ਕੱਲ੍ਹ ਨੂੰ ਕੋਈ ਹੋਰ ਕਿਸੇ ਨਾਲ ਵੀ ਹੋਏਗਾ, ਅਤੇ ਇਹ ਇਸ ਨੂੰ ਰੋਕਣਾ ਅਤੇ ਠੱਲ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਮੋਦੀ ਦੀ ਇੱਕ ਜ਼ਿੰਮੇਵਾਰੀ ਬਣਦੀ, ਉਹ ਦੇਸ਼ ਦਾ ਇੱਕ ਜ਼ਿੰਮੇਵਾਰ ਹੈ, ਔਰ ਅਮਿਤ ਸ਼ਾਹ ਜਿਹੜਾ ਉਹ ਦਿੱਲੀ 'ਚ ਬੈਠਾ, ਉਹਨਾਂ ਦੇ ਨੱਕ ਹੇਠ ਹੋਇਆ, ਔਰ ਇਹ ਬਦਲੀਆਂ ਕਰਕੇ ਨੱਕ ਪੂੰਝਿਆ ਨਾ ਜਾਵੇ, ਬਲਕਿ ਇਹਨਾਂ ਨੂੰ ਪੁਲਿਸ ਦੇ ਵਿੱਚੋਂ 311 ਲਾ ਕੇ ਖਾਰਜ ਕੀਤਾ ਜਾਵੇ ਅਤੇ ਇਹਨਾਂ ਦੇ ਉੱਤੇ ਮੁਕੱਦਮੇ ਚਲਾਏ ਜਾਣ, ਅਤੇ ਜਿਹੜਾ ਸਿਵਲ ਆਦਮੀ ਹੈ ਉਸਨੂੰ ਵੀ ਉਹਦੀ ਬਣਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਇਸ ਤਰ੍ਹਾਂ ਦੀ ਗਲਤੀ ਅਗਾਂਹ ਤੋਂ ਕੋਈ ਨਾ ਕਰੇ।